ਅੱਜ ਵਿਜੀਲੈਂਸ ਵਿਭਾਗ ਦੀ ਟੀਮ ਦੇ ਵੱਲੋਂ ਨਿਹਾਲ ਸਿੰਘ ਵਾਲਾ ਦੇ ਇੱਕ ਪਟਵਾਰੀ ਨੂੰ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਨ ਦਾ ਸਮਾਚਾਰ ਮਿਲਿਆ, ਜਿਸ ਨੂੰ ਲੈ ਕੇ ਅੱਜ ਸਮੁੱਚੇ ਤਹਿਸੀਲ ਕੰਪਲੈਕਸ ਦੇ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਵਿਜੀਲੈਂਸ ਵਿਭਾਗ ਦੇ DSP ਪਲਵਿੰਦਰ ਸਿੰਘ ਸੰਧੂ ਅਤੇ ਇੰਸਪੈਕਟਰ ਸੋਹਨ ਸਿੰਘ ਨੇ ਦੱਸਿਆ ਕਿ ਪਿੰਡ ਬੁਰਜ ਦੁਨਾ ਦੇ ਕਿਸਾਨ ਸੁਖਦੇਵ ਸਿੰਘ ਪੁੱਤਰ ਕਰਨੈਲ ਸਿੰਘ ਦਾ 5 ਏਕੜ ਦੀ ਵਿਰਾਸਤ ਦਾ ਇੰਤਕਾਲ ਹੈ, ਜੋ ਕਿ 2016 ਤੋਂ ਪੈਂਡਿੰਗ ਪਿਆ ਸੀ, ਜਿਸ ਨੂੰ ਦਰਜ ਕਰਨ ਦੇ ਲਈ ਪਟਵਾਰੀ ਬਲਵਿੰਦਰ ਸਿੰਘ ਨੇ ਪ੍ਰਤੀ ਕਿੱਲੇ 1,000 ਕੁੱਲ 5,000 ਦੀ ਮੰਗ ਕੀਤੀ ਸੀ। ਸੁਖਦੇਵ ਸਿੰਘ ਨੇ ਇਸ ਦੀ ਜਾਣਕਾਰੀ ਵਿਜੀਲੈਂਸ ਵਿਭਾਗ ਨੂੰ ਦਿੱਤੀ। ਅੱਜ ਵਿਜੀਲੈਂਸ ਵਿਭਾਗ ਦੇ ਵੱਲੋਂ ਸ਼ਿਕਾਇਤਕਰਤਾ ਅਤੇ ਸਰਕਾਰੀ ਗਵਾਹਾਂ ਨੂੰ ਨਾਲ ਲੈ ਕੇ ਪਟਵਾਰੀ ਨੂੰ 5,000 ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਪਟਵਾਰੀ ਜੀ ਵੱਡੀ ਮੰਗਦਾ ਸੀ 5,000 ਰੁਪਈਆ, ਉਹ ਦੇਤਾ ਸੀ, ਉਹ ਵਿਰਾਸਤ ਸੀ ਬਜ਼ੁਰਗਾਂ ਵਾਲੀ, 5 ਕਿੱਲੇ ਦਾ ਪੰਜ ਮੰਗਿਆ ਸੀਗਾ ਜੀ। ਅਸੀਂ ਕਿਹਾ ਸੀਗਾ ਜੀ, ਕਹਿੰਦੇ ਹੁਣ ਦਿੱਤੇ ਬਿਨਾਂ ਸਰਦਾ ਨਹੀਂ, ਥੋੜ੍ਹਾ ਐਵੇਂ ਹੋਣਾ ਨਹੀਂ, ਕੰਮ 20 ਸਾਲ ਹੋ ਗਏ ਜੀ, ਕੰਮ ਅੜੇ ਪਏ ਨੂੰ। ਅੱਛਾ, ਕਿੰਨਾ ਸਮਾਂ ਹੋ ਗਿਆ ਸੀ ਤੁਸੀਂ ਇਹਨੂੰ ਕਹਿੰਦੇ ਰਹੋਗੇ ਆਪਣੇ ਕੰਮ ਵਾਸਤੇ? ਹੁਣੇ ਹੀ ਕਿਹਾ ਜੀ, 1-2 ਵਾਰੀ ਵਧੀ ਗਿਆ, ਬਣ ਗਿਆ, ਹੁਣ ਨਵੇਂ ਆਏ ਆ ਜੀ ਪਟਵਾਰੀ ਇਹ। ਅੱਛਾ ਜੀ, ਪਹਿਲਾਂ ਦੂਜੇ ਸੀ ਉਹ ਬਦਲ ਗਏ, ਉਹ ਸਸਪੈਂਡ ਹੋ ਗਏ, ਉਹ ਕੇਸ ਹੋ ਗਏ। ਕਿੰਨੀ ਜਗ੍ਹਾ ਦੇ ਕਰਾਉਣੇ ਸੀ ਵਿਰਾਸਤ? ਇਹ 1.25 ਕਿੱਲੇ ਘੱਟ 5 ਕਿੱਲੇ ਸੀਗੇ। ਅੱਛਾ, ਕਿੰਨੇ ਪੈਸੇ ਮੰਗੇ ਨੇ ਜੀ? 5,000 ਹੀ ਮੰਗਿਆ ਸੀਗਾ ਜੀ। ਅੱਛਾ, ਪੈਸੇ ਦੇਣ ਤੋਂ ਬਾਅਦ ਤੁਸੀਂ ਜਦੋਂ ਇਹਨੇ ਪੈਸੇ ਮੰਗੇ, ਬਾਅਦ 'ਚ ਕਹਿੰਦੇ ਨਾਲ ਸੰਪਰਕ ਕੀਤਾ ਤੁਸੀਂ? ਇਹਨਾਂ ਨੇ ਕੀਤਾ ਜੀ, ਮੈਂ ਕਿਹਾ ਨਹੀਂ ਕਿ ਘੱਟ ਪੈਸੇ ਲੈ ਲਓ, ਇੰਨੇ ਪੈਸੇ ਹੈ ਨਹੀਂ। ਨਹੀਂ ਜੀ, ਐਂ ਨਹੀਂ ਕਿਹਾ ਅਸੀਂ ਤਾਂ ਕੋਈ। ਅਤੇ ਅੱਜ ਜਿਹੜੀ ਪੁਲਿਸ ਨੇ ਕਾਰਵਾਈ ਕੀਤੀ, ਸੰਤੁਸ਼ਟ ਹੋ ਤੁਸੀਂ? ਹਾਂਜੀ, ਰੌਲਾ ਸੀਗਾ ਜੀ ਅੰਤਕਾਲ ਦਾ। ਪੈਸੇ ਲੀਏ ਤੇ ਆਪਣੇ? ਹਾਂਜੀ, ਕਿੰਨੇ ਪੈਸੇ ਲੀਏ ਗਏ? ਪੈਸੇ ਨਹੀਂ ਲੀਏ, ਤਾਂ ਡਿਪਾਰਟਮੈਂਟ ਨੇ ਕੈਸੇ ਪਕੜਾ ਦਿੱਤੇ? ਬਸ ਜੋ ਹੋ ਗਿਆ ਠੀਕ ਹੈ, ਹੋ ਤਾਂ ਗਿਆ, ਉਹ ਤਾਂ ਠੀਕ ਹੈ, ਲੇਕਿਨ ਕਿਉਂ ਪਕੜਾ ਅਗਰ ਆਪਣੇ ਪੈਸੇ ਨਹੀਂ ਲੀਏ? ਮੈਂ ਕੁਛ ਨਹੀਂ ਕਹਿੰਦਾ। ਇਹ ਸੁਖਦੇਵ ਸਿੰਘ ਵਾਸੀ ਪਿੰਡ ਦੋਨਾ ਬੁਰਜ ਦੋਨਾ ਪੀਐਸ ਨਿਹਾਲ ਸਿੰਘ ਵਾਲੇ ਦੇ ਰਹਿਣ ਵਾਲੇ ਜ਼ਿਮੀਂਦਾਰ ਨੇ ਪਟਵਾਰੀ ਬਲਵਿੰਦਰ ਸਿੰਘ, ਜੋ ਇਹਨਾਂ ਦੇ ਇਲਾਕੇ ਰਣੀਏ ਦਾ ਪੈਂਦਾ ਹੈਗਾ, ਰਣੀਆ 2 ਦਾ ਇਹ ਉਹ ਐਡੀਸ਼ਨ ਚਾਰਜ ਹੈ, ਵੈਸੇ ਨੰਗਲ ਦਾ ਪਟਵਾਰੀ ਹੈ, ਇਹ ਇਸਨੇ ਉਹਦਾ ਵਿਰਾਸਤ ਇੰਤਕਾਲ ਦਰਜ ਕਰਨਾ ਸੀਗਾ, ਜਿਹੜਾ ਇਹਨੇ ਉਹਦੇ ਕੋਲੋਂ ਪਰ ਕਿੱਲਾ 1,000 ਰੁਪਈਏ, 5 ਕਿੱਲਿਆਂ ਦਾ ਸੀਗਾ, ਜੋ 5,000 ਰੁਪਈਏ ਨੇ ਡਿਮਾਂਡ ਕੀਤੀ ਸੀ, ਜੋ ਇੰਸਪੈਕਟਰ ਸੋਹਨ ਸਿੰਘ ਨੇ ਸਰਕਾਰੀ ਗਵਾਹ ਡਾਕਟਰ ਸਾਹਿਬ ਨਾਲ ਬੈਠੇ ਨੇ, ਉਹਨਾਂ ਨੂੰ ਨਾਲ ਲੈ ਕੇ ਇਹਦੇ ਉੱਤੇ ਟਰੈਪ ਕੀਤਾ, ਤਾਂ ਇਹ ਵਿਦ 5,000 ਰੁਪਈਏ ਜਿਹੜੀ ਰਿਕਵਰੀ ਹੈਗੀ ਹੈ ਉਹਦੇ ਕੋਲੋਂ ਰੈੱਡ ਹੈਂਡਡ ਹੋਈ, ਅਤੇ ਅਸੀਂ ਉਹਨੂੰ ਅਰੈਸਟ ਕਰ ਲਿਆ ਹੈਗਾ, ਇਹਦੇ ਖਿਲਾਫ਼ ਮੁਕੱਦਮਾ ਦਰਜ ਰਜਿਸਟਰ ਕਰ ਲਿਆ। 1,000 ਰੁਪਈਏ ਪਰ ਕਿੱਲਾ, 5 ਕਿੱਲਿਆਂ ਦਾ 5,000 ਹੀ ਇਹਨੇ ਡਿਮਾਂਡ ਕੀਤੀ ਸੀ, ਅਤੇ 5,000 ਨਾਲ ਰੈੱਡ ਹੈਂਡਡ ਫੜਿਆ। ਇਹ ਸਾਡੇ ਕੋਲ ਇਹਦੇ ਖਿਲਾਫ਼ ਕੋਈ ਸ਼ਿਕਾਇਤ ਨਹੀਂ, ਇਹਦੇ ਖਿਲਾਫ਼ ਇਹੀ ਸ਼ਿਕਾਇਤ ਆਈ ਸੀ ਜੇ ਇਹਨੂੰ ਅਸੀਂ ਗ੍ਰਿਫਤਾਰ ਕਰ ਲਿਆ। ਮੋਗਾ ਤੋਂ ਬਿੱਟੂ ਪੁਰਵਾ ਦੀ ਰਿਪੋਰਟ, ਜਗਤ ਸੇਵਕ ਵੈਬ TV।